ਅੰਮ੍ਰਿਤਸਰ ਦੇ ਨਵੇਂ ਬਣੇ ਮੇਅਰ ਕਰਮਜੀਤ ਸਿੰਘ ਰਿੰਟੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਨਤਮਸਤਕ ਹੋ ਕੇ ਗੁਰੂ ਘਰ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਹਨਾਂ ਨਾਲ ਕਈ ਵੱਡੇ ਨੇਤਾ ਵੀ ਮੌਜੂਦ ਸਨ। ਇਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਮੇਅਰ ਬਣ ਜਾਣ ਤੋਂ ਬਾਅਦ ਉਹ ਨਤਮਸਤਕ ਹੋਣ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੇ ਆਏ ਹਨ। ਸਾਰੇ ਸਾਡੇ ਅੰਮ੍ਰਿਤਸਰ ਦੇ MLA ਸਹਿਬਾਨ ਔਰ ਸਾਰੇ ਕੌਂਸਲਰ ਸਹਿਬਾਨਾਂ ਦਾ ਕਿ ਜਿਨ੍ਹਾਂ ਦੀ ਅੱਜ ਆਸ਼ੀਰਵਾਦ ਦੇ ਨਾਲ ਮੈਂ ਮੇਅਰ ਬਣ ਕੇ ਇੱਕ ਮਹੱਤਵਪੂਰਨ ਪਦ ਦੇ ਉੱਤੇ ਮੈਨੂੰ ਅੱਜ ਬਿਠਾਇਆ ਗਿਆ ਵਾ। ਇਹਦੇ ਲਈ ਮੈਂ ਸਾਰੀ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਵੀ ਧੰਨਵਾਦ ਕਰਦਾ ਔਰ ਇੱਕ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਇਹ ਜਿਹੜੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਇਮਾਨਦਾਰੀ ਨਾਲ ਤਨਦਹੀ ਦੇ ਨਾਲ ਔਰ ਮਿਹਨਤ ਅਤੇ ਲਗਨ ਦੇ ਨਾਲ ਨਿਭਾਵਾਂਗੇ। ਅੱਜ ਇਸੇ ਕਰਕੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਆਸ਼ੀਰਵਾਦ ਲੈਣ ਆਇਆ ਕਿ ਗੁਰੂ ਰਾਮਦਾਸ ਸਾਨੂੰ ਇੰਨੀ ਕੁ ਸ਼ਕਤੀ ਬਖਸ਼ਣ ਕਿ ਅਸੀਂ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰ ਸਕੀਏ। ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।